ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ। ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ। ਜੇ ਤੁਸੀਂ ਅਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲਓ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਹਾਂਜੀ, ਪਹਿਲੀ ਖਬਰ ਜਿਹੜੀ ਹੈ ਜੀ, ਇਟਾਲੀਅਨ ਪਾਸਪੋਰਟ ਦੇ ਨਾਲ ਸੰਬੰਧਿਤ ਹੈ। 10 ਸਾਲ ਦਾ ਜਿਹੜਾ ਰੈਜੀਡੈਂਸ ਇਟਲੀ ਦੇ ਵਿੱਚ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਜਿਹੜੀ ਸਿਟੀਜ਼ਨਸ਼ਿਪ ਅਪਲਾਈ ਹੁੰਦੀ ਹੈ। ਤਕਰੀਬਨ 3.5-4 ਸਾਲ ਇਹਦੇ ਵਿੱਚ ਲੱਗ ਜਾਂਦੇ ਹਨ। ਇਸ ਤਰ੍ਹਾਂ ਬੰਦੇ ਦੇ 14-15 ਸਾਲ ਲੱਗ ਜਾਂਦੇ ਹਨ ਇਟਲੀ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਦਿਕਰੇਤੋ ਮਿਲਦਾ, ਉਸ ਤੋਂ ਬਾਅਦ ਜਿਹੜੀ ਕਾਰਤਾਈ ਬੇਨਤੀ ਤਾਂ ਬਣਾਈ ਜਾਂਦੀ ਹੈ। ਜੋ ਤੁਹਾਡੀ ਕਾਰਤਾਈ ਬੇਨਤੀ ਤਾਂ ਕੰਪਲੀਟ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਬੰਦਾ ਸੋਚਦਾ ਕਿ ਹੁਣ ਜਿਹੜਾ ਪਾਸਪੋਰਟ ਹੈ ਇਹ ਵੀ ਬਣਾਇਆ ਜਾਵੇ। ਕਿਉਂਕਿ ਪਾਸਪੋਰਟ ਬਣਾਉਣ ਦੇ ਵਾਸਤੇ ਵੀ ਜਿਹੜੀ ਕਾਰਤਾਈ ਬੇਨਤੀ ਤਾਂ ਹੈ ਜੀ, ਇੱਕ ਮੁੱਢਲੀ ਸ਼ਰਤ ਹੁੰਦੀ ਹੈ, ਇੱਕ ਤਾਂ ਜਿਹੜਾ ਮੇਨ ਡਾਕੂਮੈਂਟ ਬਣਦਾ ਹੈ। ਇਸ ਤੋਂ ਬਾਅਦ ਹੀ ਜਿਹੜੇ ਅਗਲੇ ਡਾਕੂਮੈਂਟ ਹਨ ਉਹਨਾਂ ਦੇ ਬਾਰੇ ਤੁਸੀਂ ਸੋਚ ਸਕਦੇ ਹੋ। ਹੁਣ ਇਟਾਲੀਅਨ ਪਾਸਪੋਰਟ ਜਿਹੜਾ ਹੈ, ਤੁਸੀਂ ਇਸ ਦੇ ਵਾਸਤੇ ਅਪੁਆਇੰਟਮੈਂਟ ਲੈਣੀ ਹੈ ਕਸਤੂਰੇ ਤੋਂ, ਅਤੇ ਇਹਦੇ ਵੀ ਜਿਹੜਾ ਖਰਚਾ ਕਿੰਨਾ ਕੁ ਆਉਂਦਾ ਹੈ ਜੀ। ਹੁਣ ਤੁਸੀਂ ਇੱਕ ਫੈਮਿਲੀ ਦਾ ਪੂਰਾ ਪਾਸਪੋਰਟ ਬਣਾਉਣਾ, ਤਾਂ ਇਹਦਾ ਖਰਚਾ ਕਾਫੀ ਆਉਂਦਾ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ 75 ਯੂਰੋ ਦੀ ਮਾਰਕਾ ਦੀ ਬੋਲੋ ਚਾਹੀਦੀ ਹੈ, 73 ਯੂਰੋ ਅਤੇ 50 ਸੈਂਟ ਦੀ, ਅਤੇ ਇਸ ਤੋਂ ਬਾਅਦ ਤੁਹਾਨੂੰ 42 ਯੂਰੋ ਅਤੇ 50 ਸੈਂਟ ਜਿਹੜੇ ਡਾਕਖਾਨੇ ਦੇ ਵਿੱਚ ਜਾ ਕੇ ਤਾਰਨੇ ਪੈਂਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਡਾਕਖਾਨੇ ਵਾਲਿਆਂ ਨੂੰ, ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਪਾਸਪੋਰਟ ਲੈਣ ਦੇ ਵਾਸਤੇ ਜਿਹੜੀ ਕੰਟਰੀਬਿਊਟੀ ਹੈ ਜੀ, ਉਹ ਤਾਰਨੀ ਹੈ। ਇਸ ਤਰ੍ਹਾਂ ਤੁਸੀਂ ਮੰਨ ਸਕਦੇ ਹੋ ਕਿ 125 ਯੂਰੋ ਜਿਹੜਾ ਹੈ ਇੱਕ ਬੰਦੇ ਦਾ ਪਾਸਪੋਰਟ ਲੈਣ ਦੇ ਉੱਤੇ ਲੱਗਦਾ ਹੈ। ਬਾਕੀ ਹੁਣ ਇਹਦੇ ਵਿੱਚ ਜਿਹੜਾ ਟਾਈਮ ਹੈ ਉਹ ਕਿੰਨਾ ਕੁ ਲੱਗਦਾ ਹੈ? ਟਾਈਮ ਇਹਦੇ ਵਿੱਚ ਤੁਹਾਡਾ 2 ਮਹੀਨੇ ਵੀ ਲੱਗ ਸਕਦੇ ਹਨ, ਅਤੇ 4 ਮਹੀਨੇ ਵੀ ਲੱਗ ਸਕਦੇ ਹਨ। ਇਹਦੇ ਵਾਸਤੇ ਜਿਹੜਾ ਡਾਕੂਮੈਂਟ ਹੁੰਦਾ ਹੈ ਜੀ, ਇੱਕ ਤਾਂ ਜਿਹੜੀ ਤੁਸੀਂ ਆਪਣੀ ਅਪੁਆਇੰਟਮੈਂਟ ਪ੍ਰਿੰਟ ਆਊਟ ਕੱਢਣਾ ਹੈ, ਦੂਜਾ ਤੁਸੀਂ ਆਪਣਾ ਦਿਕਰੇਤੋ ਜਿਹੜਾ ਨਾਲ ਲੈ ਕੇ ਜਾਵੋ, ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਕਾਰਤਾਈ ਬੇਨਤੀ ਤਾਂ ਹੈ ਉਹ ਵੀ ਨਾਲ ਲੈ ਕੇ ਜਾਵੋ। ਜੇ ਆਪਣੇ ਛੋਟੇ ਬੱਚੇ ਦਾ ਅਪਲਾਈ ਕਰਨਾ ਹੈ ਪਾਸਪੋਰਟ, ਜਿਸ ਨੂੰ ਤੁਹਾਡੇ ਨਾਲ ਹੀ ਚੀਤਾ ਦੀ ਨਾਸਾ ਮਿਲਦੀ ਹੈ, ਤਾਂ ਉਹਦੇ ਵਾਸਤੇ ਜਿਹੜਾ ਤੀਵੀਂ ਆਦਮੀ, ਮਤਲਬ ਕਿ ਪਤੀ ਪਤਨੀ, ਬੱਚੇ ਦਾ ਮਾਤਾ ਅਤੇ ਪਿਤਾ, ਦੋਨਾਂ ਨੂੰ ਉੱਥੇ ਜਿਹੜਾ ਹਾਜ਼ਰ ਹੋਣਾ ਪਵੇਗਾ ਕਸਤੂਰੇ ਦੇ ਵਿੱਚ, ਅਤੇ ਦੋਨਾਂ ਦੇ ਜਿਹੜੇ ਡਾਕੂਮੈਂਟ ਹਨ ਜੀ ਅਸਲੀ ਵੀ ਤੁਸੀਂ ਨਾਲ ਲੈ ਕੇ ਜਾਣੇ ਹਨ, ਅਤੇ ਉਹਨਾਂ ਦੀ ਜਿਹੜੀ ਇੱਕ ਇੱਕ ਫੋਟੋ ਕਾਪੀ ਵੀ ਨਾਲ ਲੈ ਕੇ ਜਾਣੀ ਹੈ, ਇਸ ਤੋਂ ਇਲਾਵਾ 2 ਫੋਟੋ ਲੱਗਣਗੀਆਂ। ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖੋਰ 'ਤੇ। ਨੈਕਸਟ ਖੋਰ, ਜਿੱਦਾਂ ਕਿ ਤੁਸੀਂ ਜਦੋਂ ਇੰਡੀਆ ਦੇ ਵਿੱਚ ਰਹਿੰਦੇ ਸੀ, ਅਤੇ ਤੁਹਾਨੂੰ ਵੀ ਸ਼ੌਂਕ ਹੋਏਗਾ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ, ਕੀ ਹੁੰਦਾ ਸੀ ਕਿ ਤੁਹਾਨੂੰ ਸ਼ੌਪ ਦੇ ਉੱਤੇ ਜਾਣਾ ਪੈਂਦਾ ਸੀ, ਕਿਤਾਬ ਖਰੀਦਣੀ ਪੈਂਦੀ ਸੀ। ਹੁਣ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਤੁਹਾਡੇ ਕੋਲ ਐਂਡਰੋਇਡ ਫੋਨ ਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਹਦੇ ਉੱਤੇ ਲਿਖਿਆ ਹੁੰਦਾ ਪਲੇ ਬੁੱਕਸ, ਜਿੱਦਾਂ ਕਿ ਪਲੇ ਸਟੋਰ ਹੁੰਦਾ ਹੈ, ਇਸ ਤਰ੍ਹਾਂ ਬਿਲਕੁਲ ਜਿਹੜਾ ਪਲੇ ਬੁੱਕਸ ਹੁੰਦਾ ਹੈ, ਤੁਸੀਂ ਇਹਦੇ ਵਿੱਚ ਐਂਟਰੀ ਕਰਨੀ ਹੈ। ਇਹਦੇ ਵਿੱਚ ਜਾ ਕੇ ਸਰਚ ਦੇ ਵਿੱਚ ਜਾਣਾ ਹੈ, ਤੁਹਾਨੂੰ ਜਿਹੜੀ ਵੀ ਕੋਈ ਕਿਤਾਬ ਚਾਹੀਦੀ ਹੈ ਹਿੰਦੀ, ਪੰਜਾਬੀ, ਇੰਗਲਿਸ਼ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ, ਤੁਸੀਂ ਉੱਥੋਂ ਜਾ ਕੇ ਜਿਹੜੀ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਬਾਕੀ ਗੱਲ ਵੱਖਰੀ ਹੈ ਕਿ ਕਿਤਾਬਾਂ ਕਈ ਵਾਰ ਫ੍ਰੀ ਵੀ ਮਿਲਦੀਆਂ, ਅਤੇ ਕਈ ਵਾਰ ਜਿਹੜੇ ਉਹਨਾਂ ਦੇ ਪੈਸੇ ਵੀ ਦੇਣੇ ਪੈਂਦੇ ਹਨ, ਕਈ ਵਾਰ ਤਾਂ 30-35 ਯੂਰੋ ਤੱਕ ਵੀ ਜਿਹੜਾ ਕਿਤਾਬਾਂ ਦਾ ਰੇਟ ਹੁੰਦਾ ਹੈ। ਹੁਣ ਇਹਦੇ ਵਿੱਚ ਜਿਹੜੀ ਵਧੀਆ ਗੱਲ ਇਹ ਹੁੰਦੀ ਹੈ ਕਿ ਇਹ ਕਿਤਾਬ ਤੁਸੀਂ ਮੰਨ ਲਓ ਸਪੋਜ਼ ਕਰੋ ਕਿ ਖਰੀਦ ਲਈ ਹੈ, ਅਤੇ ਕਿਤਾਬ ਜਿਹੜੀ ਹੈ ਜੀ ਫੋਰਮੈਟ ਦੇ ਰੂਪ ਦੇ ਵਿੱਚ, PDF ਫੋਰਮੈਟ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਹੀ ਰਹਿੰਦੀ ਹੈ ਫੋਨ ਦੇ ਵਿੱਚ, ਫਿਰ ਤੁਸੀਂ ਇਸ ਨੂੰ ਇਟਲੀ ਦੇ ਵਿੱਚ ਬੈਠੇ ਵੀ ਪੜ੍ਹ ਸਕਦੇ ਹੋ, ਜਾਂ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਚਲੇ ਜਾਵੋ। ਜਿਹੜੀ ਈਮੇਲ ਦੇ ਨਾਲ ਤੁਸੀਂ ਇਸ ਨੂੰ ਅਟੈਚ ਕਰੋਗੇ, ਉੱਥੇ ਜਾ ਕੇ ਹੀ ਜਿਹੜੀ ਕਿਤਾਬ ਹੈ ਤੁਹਾਡੇ ਫੋਨ ਦੇ ਵਿੱਚ ਹਾਜ਼ਰ ਹੋ ਜਾਵੇਗੀ। ਇਸ ਤਰ੍ਹਾਂ ਜਾਂ ਤੁਸੀਂ ਹਜ਼ਾਰਾਂ ਕਿਤਾਬਾਂ ਜਿਹੜੀਆਂ ਹਨ ਇਹਨਾਂ ਨੂੰ ਆਪਣੇ ਫੋਨ ਦੇ ਵਿੱਚ ਹੀ ਰੱਖ ਸਕਦੇ ਹੋ। ਹੁਣ ਗੱਲ ਕਰ ਲਈਏ ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦੀ। ਕਰੂਜ਼ ਜਹਾਜ਼ ਉਹ ਹੁੰਦਾ ਹੈ ਜਿਹਦੇ ਵਿੱਚ, ਜਿੱਦਾਂ ਕਿ ਆਪਾਂ ਇਸ ਨੂੰ ਪੈਸੈਂਜਰ ਜਹਾਜ਼ ਵੀ ਕਹਿ ਸਕਦੇ ਹਾਂ, ਇਹਦੇ ਵਿੱਚ ਸਵਾਰੀਆਂ ਨੂੰ ਇੱਧਰੋਂ ਉੱਧਰ ਲਿਜਾਇਆ ਜਾਂਦਾ ਹੈ। ਮਿਆਮੀ ਬੰਦਰਗਾਹ, ਇਸ ਤੋਂ ਜਿਹੜੀ ਇਸਦੀ ਸ਼ੁਰੂਆਤ ਹੋ ਚੁੱਕੀ ਹੈ, ਪਹਿਲੀ ਜਿਹੜੀ ਯਾਤਰਾ ਇਸਦੀ ਹੋਈ ਹੈ। ਤੁਸੀਂ ਨਾਮ ਸੁਣਿਆ ਹੋਏਗਾ ਟਾਈਟੈਨਿਕ ਜਹਾਜ਼, ਉਹ ਵੀ ਇੱਕ ਕਰੂਜ਼ ਜਹਾਜ਼ ਹੀ ਸੀ ਆਪਣੇ ਸਮੇਂ ਦਾ ਸਭ ਤੋਂ ਵੱਡਾ ਜਹਾਜ਼, ਪਰੰਤੂ ਇਹ ਜਿਹੜਾ ਜਹਾਜ਼ ਹੁਣ ਬਣਾਇਆ ਗਿਆ ਹੈ, ਤਕਰੀਬਨ ਇਹ ਜਿਹੜਾ ਹੈ ਜੀ 365 ਮੀਟਰ ਲੰਬਾ ਹੈ। ਇਹਦੇ ਵਿੱਚ 20 ਡੈੱਕ ਹਨ, ਅਤੇ 8 ਹਿੱਸਿਆਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈ। 6 ਦੇ ਵਿੱਚ ਵਾਟਰ ਸਲਾਈਡਸ ਬਣਾਈਆਂ ਗਈਆਂ ਹਨ, ਸਵੀਮਿੰਗ ਪੂਲ ਜਿਹੜੇ ਹਨ ਇਸ ਦੇ ਵਿੱਚ 7 ਹਨ, ਇੱਕ ਆਈਸ ਸਕੇਟਿੰਗ ਰਿੰਕ ਵੀ ਬਣਾਇਆ ਗਿਆ ਹੈ, ਇੱਕ ਇਸ ਦੇ ਵਿੱਚ ਥੀਏਟਰ ਵੀ ਬਣਾਇਆ ਗਿਆ ਹੈ, ਸਿਨੇਮਾ ਜਿਸ ਨੂੰ ਆਪਾਂ ਕਹਿੰਦੇ ਸਿਨੇਮਾ। ਬਾਕੀ ਇਹਦੇ ਵਿੱਚ ਜਿੱਦਾਂ ਕਿ ਰੈਸਟੋਰੈਂਟ ਜਿਹੜੇ ਹਨ ਉਹਨਾਂ ਦੀ ਗਿਣਤੀ 40 ਤੋਂ ਵੱਧ ਹੈ, ਅਤੇ ਚਾਲਕ ਦਲ ਦੇ ਮੈਂਬਰ ਕਿੰਨੇ ਕੁ ਹਨ ਇਸ ਜਹਾਜ਼ ਦੇ, ਤੁਹਾਨੂੰ ਸੁਣ ਕੇ ਜਿਹੜਾ ਹੈ ਜੀ ਬਹੁਤ ਅਚੰਭਾ ਲੱਗੇਗਾ। ਕਿਉਂਕਿ ਆਮ ਤੌਰ 'ਤੇ ਬੰਦਾ ਇਹੀ ਸੋਚਦਾ ਹੈ ਕਿ ਜਹਾਜ਼ ਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਹੈ ਜਾਂ ਜਿਹੜਾ ਬਾਕੀ ਸਟਾਫ ਹੈ, ਜਿੱਦਾਂ ਕਿ ਦੂਜੇ ਜਹਾਜ਼ਾਂ ਦੇ ਵਿੱਚ ਹੁੰਦਾ ਹੈ, ਹਵਾਈ ਜਹਾਜ਼ਾਂ ਦੇ ਵਿੱਚ 7-8 ਬੰਦੇ ਹੁੰਦੇ ਹਨ, ਅਤੇ ਇਸ ਜਹਾਜ਼ ਨੂੰ ਚਲਾਉਣ ਦੇ ਵਾਸਤੇ ਜਿਹੜਾ ਸਟਾਫ ਹੈ ਜੀ ਉਹਦੀ ਗਿਣਤੀ ਹੈ 2,350, ਅਤੇ ਮੈਕਸੀਮਮ ਯਾਤਰੀ ਜਿਹੜੇ ਹਨ ਜੀ ਇਹਦੇ ਵਿੱਚ ਕਿੰਨੇ ਬੈਠ ਸਕਦੇ ਹਨ, 7,600 ਬੰਦਾ ਜਿਹੜਾ ਇਹਦੇ ਵਿੱਚ ਯਾਤਰਾ ਕਰ ਸਕਦਾ ਇੱਕ ਟਾਈਮ ਦੇ ਵਿੱਚ। ਮਿਆਮੀ ਜਿਹੜਾ ਹੈ ਇਹ ਅਮੈਰੀਕਾ ਦਾ ਇੱਕ ਬੰਦਰਗਾਹ ਹੈ, ਸ਼ਹਿਰ ਹੈ। ਤੁਸੀਂ ਇੱਕ ਨਾਮ ਸੁਣਿਆ ਹੋਏਗਾ ਮਰਸਡੀਜ਼ ਬੈਂਜ਼, ਜਿਹੜੇ ਟਰੱਕ ਵਗੈਰਾ ਬਣਦੇ ਹਨ, ਅਤੇ ਹੋਰ ਬਹੁਤ ਸਾਰੀਆਂ ਕਾਰਾਂ ਜਿਹਦਾ ਕਿ ਬਹੁਤ ਦੁਨੀਆ ਦੇ ਵਿੱਚ ਨਾਮ ਹੈ, ਇਸ ਕੰਪਨੀ ਦੇ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ। ਮਰਸਡੀ ਬੈਂਜ਼ ਦੇ ਵੱਲੋਂ ਜਿਹੜੀ ਇੱਕ
ਹੁਣ ਜਿਹੜਾ ਮਰਸਡੀ ਬੈਂਜ਼ ਹੈ ਜੀ, ਤੁਸੀਂ ਇਹਨਾਂ ਦੇ ਬਣੇ ਬਣਾਏ ਘਰ ਵੀ ਖਰੀਦ ਸਕਦੇ ਹੋ। ਜਿਹੜੀ ਇਹਨਾਂ ਘਰਾਂ ਦੀ ਕੀਮਤ ਹੋਏਗੀ $10 million, ਮਤਲਬ ਕਿ $1 crore, ਜਿਹੜੀ ਸਟਾਰਟਿੰਗ ਪ੍ਰਾਈਜ਼ ਇਹਨਾਂ ਨੇ ਰੱਖੀ ਹੈ। ਇਹਦੇ ਵਿੱਚ ਇਸ ਤਰ੍ਹਾਂ ਕਿ ਇਹਨਾਂ ਨੇ ਜਿਹੜੀ ਦੁਬਈ ਦੇ ਵਿੱਚ ਜ਼ਮੀਨ ਖਰੀਦੀ ਅਤੇ ਉੱਥੇ ਇੱਕ 65 ਮੰਜ਼ਿਲਾ ਟਾਵਰ ਜਿਹੜਾ ਇਹਨਾਂ ਨੇ ਬਣਾਉਣਾ ਹੈ, ਜਿਹਦੇ ਵਿੱਚ ਇਹਨਾਂ ਨੇ 150 ਜਿਹੜੇ ਅਪਾਰਟਮੈਂਟ ਬਣਾਉਣੇ ਹਨ, ਜਿਨ੍ਹਾਂ ਦੀ ਜਿਹੜੀ ਕੀਮਤ $10 million ਰੱਖੀ ਗਈ ਹੈ ਇੱਕ ਦੀ ਸਟਾਰਟਿੰਗ ਪ੍ਰਾਈਜ਼। ਬਾਕੀ ਗੱਲ ਕਰ ਲਈਏ ਇਟਲੀ ਦੇ ਵਿੱਚ ਫਲੈਕਸੀਮੈਨ ਦੀ, ਫਲੈਕਸੀਮੈਨ ਜਿਹਨੂੰ ਕਿ ਲੋਕ ਵਟਸਐਪ ਦੇ ਉੱਤੇ ਵੀ ਇਹਨਾਂ ਦੀਆਂ ਵੀਡੀਓ ਜਿਹੜੀਆਂ ਇੱਕ ਦੂਜੇ ਨੂੰ ਭੇਜ ਰਹੇ ਹਨ, ਫੇਸਬੁੱਕ ਦੇ ਉੱਤੇ ਅਤੇ ਟਿਕਟੋਕ ਦੇ ਉੱਤੇ ਵੀ ਜਿਹੜੀਆਂ ਲੋਕ ਇਹਨਾਂ ਦੀਆਂ ਵੀਡੀਓ ਪਾ ਰਹੇ ਹਨ, ਮਤਲਬ ਕਿ ਫਲੈਕਸੀਮੈਨ ਨੂੰ ਕੋਈ ਵੀ ਜਿਹੜਾ ਬੰਦਾ ਜਾਣਦਾ ਨਹੀਂ ਹੈ, ਨਾ ਹੀ ਪਤਾ ਹੈ ਕਿ ਕੌਣ ਇਹ ਆਦਮੀ ਹੈ। ਜਿਸ ਤਰ੍ਹਾਂ ਕਿ ਇੱਕ ਜਿਹੜਾ ਕਰੈਕਟਰ ਘੜਿਆ ਗਿਆ ਸੀ ਸਪਾਈਡਰਮੈਨ, ਇਸੇ ਤਰ੍ਹਾਂ ਇਸ ਸ਼ਖਸ ਨੂੰ ਜਿਹੜਾ ਨਾਮ ਦਿੱਤਾ ਗਿਆ ਫਲੈਕਸੀਮੈਨ ਦਾ, ਇਹ ਸ਼ਖਸ ਕੀ ਕਰ ਰਿਹਾ ਹੈ ਇਟਲੀ ਦੇ ਵਿੱਚ ਕਿ ਜਿਹੜੇ ਸਪੀਡ ਕੈਮਰਾ ਹਨ ਇਹਨਾਂ ਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਜਾ ਕੇ ਆਰੀ ਦੇ ਨਾਲ ਦੱਸਿਆ ਗਿਆ ਕਿ ਇਹ ਕੱਟ ਦਿੰਦਾ ਹੈ, ਜਿਨ੍ਹਾਂ ਖੰਭਿਆਂ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਸਪੀਡਾਂ ਵਾਲੇ, ਜਿਹੜੇ ਕਿ ਸਪੀਡ ਚੈੱਕ ਕਰਦੇ ਹਨ ਅਤੇ ਬਾਅਦ ਵਿੱਚ ਘਰਾਂ ਦੇ ਵਿੱਚ ਲੋਕਾਂ ਨੂੰ ਮੁਲਤੀ ਭੇਜਦੇ ਹਨ। ਇਹ ਜਿਹੜਾ ਕੈਮਰੇ ਨੂੰ ਵੀ ਕੱਟ ਦਿੰਦਾ ਹੈ, ਤੋੜ ਦਿੰਦਾ ਹੈ, ਅਤੇ ਜਿਹੜਾ ਖੰਭਾ ਜਿਸ ਦੇ ਉੱਤੇ ਲੱਗਾ ਹੁੰਦਾ ਹੈ ਕੈਮਰਾ, ਉਸ ਖੰਭੇ ਨੂੰ ਵੀ ਜੜ੍ਹ ਤੋਂ ਹੀ ਕੱਟ ਦਿੱਤਾ ਜਾਂਦਾ ਹੈ। ਇਹ ਜਿਹੜੇ ਕੈਮਰੇ ਕੱਟਣ ਦੀਆਂ ਘਟਨਾਵਾਂ ਹਨ ਜੀ, ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਟਲੀ ਦੇ ਵਿੱਚ। 30 ਐਕਸੀਡੈਂਟ ਇਸ ਤਰ੍ਹਾਂ ਦੇ ਜਿਹੜੇ ਹੋ ਚੁੱਕੇ ਹਨ, ਜਿਨ੍ਹਾਂ ਦੀ ਕਿ ਰਿਪੋਰਟ ਹੋ ਚੁੱਕੀ ਹੈ, ਮਤਲਬ ਕਿ ਇਹਨਾਂ ਦੇ ਉੱਤੇ ਜਿਹੜਾ ਹੈ ਜੀ ਦਨੁਚੀਆ ਹੋ ਚੁੱਕਾ ਹੈ। ਹੁਣ ਚੱਲਦੇ ਹਾਂ ਜੀ ਅਗਲੀ ਖਬਰ ਦੇ ਉੱਤੇ। ਅਗਲੀ ਖਬਰ ਜਿਹੜੀ ਹੈ, ਬਜ਼ੁਰਗ ਲੋਕ ਜਿਹੜੇ ਹਨ, ਸਿਆਣੇ ਲੋਕ ਜਿਹੜੇ ਹਨ, ਕਿ ਉਹਨਾਂ ਦੇ ਵਾਸਤੇ ਯੂਰਪ ਦੇ ਵਿੱਚ ਆਉਣਾ ਜਾਂ ਇਟਲੀ ਦੇ ਵਿੱਚ ਆਉਣਾ ਠੀਕ ਹੈ? ਅਤੇ ਇੱਥੇ ਤੁਹਾਨੂੰ ਇੱਕ ਚੀਜ਼ ਦੱਸ ਦਈਏ ਕਿ ਇਟਲੀ ਦਾ ਜਿਹੜਾ ਮੌਸਮ ਹੈ ਜੀ, ਬਜ਼ੁਰਗਾਂ ਦੇ ਵਾਸਤੇ ਕੋਈ ਜ਼ਿਆਦਾ ਵਧੀਆ ਨਹੀਂ ਹੈ। ਜੇ ਲੋਕ ਇੱਥੇ ਆਉਂਦੇ ਵੀ ਹਨ ਤਾਂ ਘਰਾਂ ਦੇ ਵਿੱਚ ਤਕਰੀਬਨ ਜਿਹੜਾ ਰਹਿੰਦੇ ਹਨ, ਉਹ ਜਿਹੜੀ ਆਜ਼ਾਦੀ ਤੁਸੀਂ ਪੰਜਾਬ ਦੇ ਵਿੱਚ ਦੇਖੀ ਹੈ, ਉਹ ਜਿਹੜੀ ਆਜ਼ਾਦੀ ਤੁਹਾਨੂੰ ਇੱਥੇ ਦੇਖਣ ਨੂੰ ਨਹੀਂ ਮਿਲਦੀ, ਬੰਦਾ ਆਪਣੇ ਆਪ ਨੂੰ ਵੱਜਿਆ ਵੱਜਿਆ ਮਹਿਸੂਸ ਕਰਦਾ ਹੈ। ਹੁਣ ਇਟਲੀ ਵਿੱਚ ਜਿਹੜੇ ਜਵਾਨ ਲੋਕ ਵੀ ਕੰਮ ਕਰਦੇ ਹਨ, ਉਹਨਾਂ ਵਿੱਚੋਂ ਬਹੁਤਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜੀ ਸਥਿਤੀ ਜਿਹੜੀ ਹੈ ਠੀਕ ਹੋ ਜਾਵੇ, ਪੈਸੇ ਧੇਲੇ ਦੇ ਪੱਖੋਂ ਜਿਹੜੀ ਉਹ ਆਤਮ ਨਿਰਭਰ ਹੋ ਜਾਣ, ਅਤੇ ਉਸ ਤੋਂ ਬਾਅਦ ਉਹਨਾਂ ਦਾ ਸੁਪਨਾ ਹੁੰਦਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਜੀ ਕੰਮ ਛੱਡ ਦਿੱਤਾ ਜਾਵੇ ਅਤੇ ਉਹ ਵੀ ਜਿਹੜਾ ਵਧੀਆ ਜ਼ਿੰਦਗੀ ਜੀਉਣ। ਮਤਲਬ ਕਿ ਲੋਕ ਕੰਮ ਤਾਂ ਇੱਥੇ ਕਰਦੇ ਹਨ, ਪਰੰਤੂ ਜਿਹੜਾ ਮਨ ਹੈ ਜੀ ਉਹਨਾਂ ਖੁਸ਼ ਬੰਦੇ ਦਾ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੇ ਵੀਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ, ਜਦੋਂ ਵਾਰ ਵਾਰ ਲੋਕਾਂ ਨੂੰ ਕਈਆਂ ਗੱਲਾਂ ਦੇ ਬਾਰੇ ਪੁੱਛਿਆ ਗਿਆ, ਤਾਂ ਬਹੁਤੇ ਵੀਰਾਂ ਦਾ ਇਹੀ ਕਹਿਣਾ ਸੀ ਕਿ ਜੋ ਪੰਜਾਬ ਦੇ ਵਿੱਚ ਤੁਹਾਨੂੰ ਮਿਲਦਾ ਹੈ ਆਪਣੇ ਉਸ ਦੇਸ਼ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਇੱਥੇ ਨਹੀਂ ਮਿਲਦੀਆਂ। ਪੈਸਾ ਬੇਸ਼ੱਕ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਹੈ, ਬਾਕੀ ਇਟਲੀ ਦੇ ਵਿੱਚ ਜਿਹੜੇ ਲੋਕ ਪੂਰੀ ਜ਼ਿੰਦਗੀ ਇੱਥੇ ਸਿਆਣੇ ਲੋਕ ਜਿਹੜੇ ਕੰਮ ਜਿਨ੍ਹਾਂ ਨੇ ਕੀਤਾ ਅਤੇ ਬਾਅਦ ਵਿੱਚ ਪੈਨਸ਼ਨਾਂ ਲਈਆਂ, ਜਦੋਂ ਕੁਝ ਉਹ ਬਿਰਧ ਅਵਸਥਾ ਦੇ ਵਿੱਚ ਪਹੁੰਚਦੇ ਹਨ ਤਾਂ ਇੱਥੇ ਕੀ ਹੁੰਦਾ ਕਿ ਜਿਹੜੇ ਉਹਨਾਂ ਦੇ ਬੱਚੇ ਪਹਿਲਾਂ ਹੀ ਉਹਨਾਂ ਤੋਂ ਵੱਖਰੇ ਹੋ ਜਾਂਦੇ ਹਨ, ਆਪੋ ਆਪਣਾ ਘਰ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਰਹਿੰਦੇ ਹਨ। ਇੱਥੇ ਜਿਹੜਾ ਕਲਚਰ ਇਹਨਾਂ ਦਾ ਇਸ ਤਰ੍ਹਾਂ ਚੱਲਦਾ ਹੈ ਕਿ ਇੱਥੇ ਮਾਤਾ ਪਿਤਾ ਨੂੰ ਬੱਚਿਆਂ ਦੇ ਨਾਲ ਨਹੀਂ ਰੱਖਿਆ ਜਾਂਦਾ, ਜਾਂ ਜਿਹੜੇ ਬੱਚੇ ਹਨ ਮਾਤਾ ਪਿਤਾ ਦੇ ਨਾਲ ਨਹੀਂ ਰਹਿੰਦੇ। ਉਸ ਤੋਂ ਬਾਅਦ ਜਦੋਂ ਬੰਦਾ ਜਿਹੜਾ ਕੋਈ ਬਜ਼ੁਰਗ ਬੰਦਾ ਜਦੋਂ ਜ਼ਿਆਦਾ ਬਿਰਧ ਹੋ ਜਾਂਦਾ, ਕਈ ਵਾਰ ਉਸਨੂੰ ਹੋਸਪਿਟਲ ਦੇ ਵਿੱਚ ਲਿਜਾਣਾ ਪੈਂਦਾ ਹੈ, ਜਦੋਂ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਜਾਵੇ ਤਾਂ ਫਿਰ RSA ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇਹ ਇੱਕ ਜਿੱਦਾਂ ਕਿ ਇਸ ਨੂੰ ਆਪਾਂ ਬਿਰਧ ਆਸ਼ਰਮ ਵੀ ਕਹਿ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਜਿਹੜਾ ਖਰਚਾ ਹੈ ਜੀ, ਜਿਹੜਾ ਵੀ ਉੱਥੇ ਜਾਂਦਾ ਹੈ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਖਰਚਾ ਕੀਤਾ ਜਾਂਦਾ ਹੈ। ਹੁਣ ਇੱਥੇ ਤੁਹਾਨੂੰ ਦੱਸ ਦਈਏ ਕਿ RSA ਦੇ ਵਿੱਚ ਜਿਹੜਾ ਖਰਚਾ ਹੈ ਜੇ ਉੱਥੇ ਕਿਸੇ ਬਜ਼ੁਰਗ ਬੰਦੇ ਨੂੰ ਰੱਖਣਾ ਹੋਵੇ ਤਾਂ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਖਰਚਾ ਬਹੁਤ ਜ਼ਿਆਦਾ ਪੈਂਦਾ, ਤਕਰੀਬਨ 2000 ਯੂਰੋ ਤੋਂ ਲੈ ਕੇ 3000 ਯੂਰੋ ਤੱਕ ਵੀ ਲੋਕ ਜਿਹੜਾ ਮਹੀਨੇ ਦਾ ਉੱਥੇ ਦਿੰਦੇ ਹਨ। ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਬਜ਼ੁਰਗਾਂ ਨੇ ਪੂਰੀ ਜ਼ਿੰਦਗੀ ਭਰ ਕੰਮ ਕਰਕੇ ਜਿਹੜਾ ਆਪਣਾ ਮਕਾਨ ਬਣਾਇਆ ਸੀ, ਉਹਨਾਂ ਦੇ ਧੀ ਪੁੱਤ ਜਿਹੜੇ ਹੁੰਦੇ ਨੇ ਉਹੀ ਮਕਾਨ ਜਿਹੜਾ ਹੈ ਵੇਚ ਦਿੰਦੇ ਹਨ, ਅਤੇ ਉਹੀ ਜੋ ਵੇਚ ਕੇ ਮਕਾਨ ਦਾ ਪੈਸਾ ਮਿਲਦਾ ਹੈ ਉਹੀ ਪੈਸਾ ਜਿਹੜਾ ਬਜ਼ੁਰਗਾਂ ਦੇ ਉੱਤੇ ਫਿਰ ਹੌਲੀ ਹੌਲੀ ਕਿਸ਼ਤਾਂ ਦੇ ਰੂਪ ਦੇ ਵਿੱਚ ਹੋਸਪਿਟਲ ਨੂੰ ਪੇ ਕਰਦੇ ਹਨ। ਸੋ ਕਹਿਣ ਦਾ ਭਾਵ ਇਹੀ ਹੈ ਕਿ ਜਿਹੜੀ ਆਜ਼ਾਦੀ ਹੈ ਜੀ ਪੂਰੀ ਆਪਣੇ ਪੰਜਾਬ ਦੇ ਵਿੱਚ ਹੀ ਹੈ। ਹੁਣ ਅੱਜ ਦਾ ਯੂਰੋ ਦਾ ਰੇਟ ਦੇਖੀਏ, 90 ਰੁਪਏ 30 ਪੈਸੇ 1 ਯੂਰੋ ਦਾ ਰੇਟ ਚੱਲ ਰਿਹਾ ਹੈ। ਇੰਗਲੈਂਡ ਦਾ 1 ਪਾਉਂਡ 105 ਰੁਪਏ 63 ਪੈਸੇ ਅਤੇ ਇਸ ਤੋਂ ਇਲਾਵਾ ਅਮੈਰੀਕਨ ਡੋਲਰ ਜਿਹੜਾ ਹੈ 83 ਰੁਪਏ 12 ਪੈਸੇ ਦੇ ਉੱਤੇ ਚੱਲ ਰਿਹਾ ਹੈ। ਕਨੇਡਾ ਦਾ ਡੋਲਰ ਤਾਂ ਜਿਹੜਾ ਕਾਫੀ ਥੱਲੇ ਚੱਲਦਾ ਹੈ, ਇਹਨਾਂ ਤੋਂ 60-61 ਦੇ ਉੱਪਰ ਜਿਹੜਾ ਰੇਟ ਇਸਦਾ ਚੱਲਦਾ ਹੈ। ਅਤੇ ਇਸ ਤੋਂ ਇਲਾਵਾ ਬਿਟਕੋਇਨ ਜਿਹੜਾ ਹੈ 42,000 ਤੋਂ ਉੱਪਰ ਚੱਲ ਰਿਹਾ ਹੈ ਅੱਜ ਦਾ ਰੇਟ। ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ। ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ।